ਕਿ ਤੁਸੀਂ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ YouTube ਤੇ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ YouTube ਤੇ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ YouTube ਤੇ ਕੋਈ ਵੀ ਵੀਡੀਓ ਪਾਉਂਦੇ ਹੋ ਤਾਂ ਉਹ ਵੀਡੀਓ ਦਾ ਥੰਬਨੇਲਸ ਤੁਸੀਂ ਫੁੱਲ HD ਕੁਆਲਿਟੀ ਵਿੱਚ ਕਿੱਦਾਂ ਬਣਾ ਸਕਦੇ ਹੋ। ਬਹੁਤ ਸਿੰਪਲ ਪ੍ਰੋਸੈਸ ਹੈਗਾ, ਜ਼ਿਆਦਾ ਟਾਈਮ ਨਾ ਲਾਈਏ ਅਤੇ ਸਿੱਧਾ ਆਪਾਂ ਟਰੱਟ ਆਪਣੇ ਵੀਡੀਓ 'ਤੇ ਆ ਜਾਈਏ। ਮੈਂ ਫਿਲਹਾਲ ਥੰਬਨੇਲ ਬਣਾਉਣ ਲਈ ਯੂਜ਼ ਕਰ ਰਿਹਾ ਵੰਡਰ ਸ਼ੇਅਰ ਦਾ ਫਿਲਮੋਰਾ 9। ਕਾਫ਼ੀ ਸਿੰਪਲ ਜਿਹਾ ਸੋਫਟਵੇਅਰ ਹੈਗਾ। ਮੇਰੇ ਸਾਰੇ ਵੀਡੀਓ ਐਡੀਟਿੰਗ ਐਕਚੁਅਲੀ ਮੈਂ ਸਾਰੇ ਇਸ ਸੋਫਟਵੇਅਰ 'ਤੇ ਕਰ ਰਿਹਾ, ਅਤੇ ਜਿੱਥੇ ਤੱਕ ਮੇਰਾ ਐਕਸਪੀਰੀਅੰਸ ਹੈਗਾ ਮੈਨੂੰ ਅੱਜ ਤੱਕ ਕੋਈ ਵੀ ਪ੍ਰੋਬਲਮ ਨਹੀਂ ਆਈ ਹੈ, ਅਤੇ ਮੇਰਾ ਸਿਸਟਮ ਕਦੀ ਵੀ ਹੈਂਗ ਨਹੀਂ ਹੋਇਆ। ਅਤੇ ਇਸ ਹਿਸਾਬ ਨਾਲ ਮੈਂ ਜੇ ਦੇਖਾਂਗਾ ਕਿ ਤੁਸੀਂ ਜੇ ਫ੍ਰੀ ਵਿੱਚ ਥੰਬਨੇਲ ਬਣਾਉਣਾ ਚਾਹੁੰਦੇ ਹੋ, ਉੱਦਾਂ ਸੋਫਟਵੇਅਰ ਤਾਂ ਮਾਰਕੀਟ 'ਚ ਬਹੁਤ ਸਾਰੇ ਹੈਗੇ ਨੇ, ਲੇਕਿਨ ਐਕਚੁਅਲ ਪ੍ਰੋਡਕਟਿਵਿਟੀ ਜਿਹੜਾ ਇਹ ਸੋਫਟਵੇਅਰ ਦਿੰਦਾ ਬਹੁਤ ਸਿੰਪਲ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ। ਜਦੋਂ ਤੁਸੀਂ ਫਿਲਮਵੇਅਰ ਔਨ ਕਰੋਗੇ ਤੁਹਾਡੇ ਸਾਹਮਣੇ ਮੇਨ ਸਕਰੀਨ ਆ ਜਾਊਗੀ, ਨਿਊ ਪ੍ਰੋਜੈਕਟ ਤੁਸੀਂ ਕਲਿੱਕ ਕਰਨਾ। ਉਸ ਤੋਂ ਪਹਿਲਾਂ ਤੁਸੀਂ ਡਿਪੈਂਡ ਕਰ ਸਕਦਾ ਹੈ ਤੁਸੀਂ ਕਿੱਦਾਂ ਦਾ ਐਂਗਲ ਚਾਹੁੰਦੇ ਹੋ। ਓਬਵੀਅਸਲੀ ਗੱਲ ਹੈ ਵਾਈਡ ਸਕਰੀਨ ਜਿਹੜਾ ਇੱਕ ਅੱਜ ਦੀ ਡੇਟ 'ਚ ਨੋਰਮਲ ਟ੍ਰੈਂਡ ਹੈਗਾ ਉਹੀ ਚੱਲਦਾ ਪਿਆ ਹੈ, ਅਤੇ ਆਪਾਂ ਵਾਈਡ ਸਕਰੀਨ ਨੂੰ ਹੀ ਸਿਲੈਕਟ ਕਰਕੇ ਨਿਊ ਪ੍ਰੋਜੈਕਟ ਸਿਲੈਕਟ ਕਰਦੇ ਹਾਂ। ਇਹ ਮੇਨ ਸਕਰੀਨ ਜਿਹੜੀ ਹੈ ਇਹ ਫਿਲਮੋਰਾ ਦੀ ਮੇਨ ਸਕਰੀਨ ਹੈ ਤੁਹਾਡੇ ਸਾਹਮਣੇ। ਤੁਸੀਂ ਇੰਪੋਰਟਸ ਜਾਣਾ ਹੈ, ਇੰਪੋਰਟਸ ਜਾ ਕੇ ਤੁਸੀਂ ਮੀਡੀਆ ਫਾਈਲ 'ਤੇ ਕਲਿੱਕ ਕਰਨਾ ਹੈ। ਅਤੇ ਥੰਬਨੇਲ ਬਣਾਉਣ ਲਈ ਤੁਹਾਨੂੰ ਥੋੜ੍ਹਾ ਜਿਹਾ ਆਪਣੀ ਤਰਫੋਂ ਪਹਿਲੇ ਪ੍ਰੀ ਮਟੀਰੀਅਲ ਤਿਆਰ ਰੱਖਣਾ ਪੈਣਾ, ਜੋ ਕਿ ਤੁਸੀਂ ਆਪਣੇ ਸਿਸਟਮ 'ਤੇ ਪਾ ਸਕਦੇ। ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਮੇਰਾ ਆਲਰੇਡੀ ਇਹ ਮਟੀਰੀਅਲ ਮੇਰੇ ਪਏ ਹੈਗੇ ਆ, ਅਤੇ ਮੈਂ ਸਿਰਫ ਇੱਥੇ ਸਬਸਕ੍ਰਾਈਬ ਬਟਨ ਹੈ ਮੈਂ ਉਹਨੂੰ ਸਿਲੈਕਟ ਕਰਾਂਗਾ, ਕਿਉਂਕਿ ਮੈਨੂੰ ਸਬਸਕ੍ਰਾਈਬ ਬਟਨ ਚਾਹੀਦਾ ਹੈ ਇੱਕ ਥੰਬਨੇਲ 'ਚ ਆਪਣੇ, ਉਹਨੂੰ ਮੈਂ ਓਪਨ ਕਰਾਂਗਾ। ਸੈਕੰਡਲੀ ਮੈਂ ਆਪਣਾ ਆਪਣੀ ਜੋ ਚੈਨਲ ਦਾ ਲੋਗੋ ਹੈ ਮੈਂ ਉਹ ਸ਼ੋ ਕਰਨਾ ਚਾਹੁੰਦਾ, ਅਤੇ ਮੈਂ ਪੋਡ ਮੀਡੀਆ ਫਾਈਲ 'ਚ ਫਿਰ ਜਾਵਾਂਗਾ। ਮੇਰਾ ਚੈਨਲ ਦਾ ਲੋਗੋ ਜਿਹੜਾ ਹੈ ਉਹ ਮੈਂ ਪ੍ਰੋਜੈਕਟ 'ਚ ਟੈਕੀ ਪਰਮ ਦੇ ਨਾਤੇ ਪਾਇਆ। ਜੇ ਤੁਸੀਂ ਦੋਸਤੋ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਕਰੋ। ਮੈਂ ਤੁਹਾਨੂੰ ਕਾਫ਼ੀ ਨਵੇਂ ਨਵੇਂ ਤਰੀਕੇ ਨਾਲ ਵੀਡੀਓ ਬਣਾ ਬਣਾ ਕੇ ਆਪਣੀ ਦੇਸੀ ਭਾਸ਼ਾ ਜਿਹੜੀ ਪੰਜਾਬੀ ਲੈਂਗੁਏਜ ਹੈ ਉਹਦੇ 'ਚ ਮੈਂ ਤੁਹਾਨੂੰ ਦੱਸਾਂਗਾ, ਕਿਉਂਕਿ ਯੂਟਿਊਬ 'ਚ ਬਹੁਤ ਬੰਦੇ ਹੈਗੇ ਜਿਨ੍ਹਾਂ ਨੇ ਇੰਗਲਿਸ਼ 'ਚ ਹਿੰਦੀ 'ਚ ਵੀਡੀਓਜ਼ ਬਣਾਏ ਨੇ, ਲੇਕਿਨ ਮੈਂ ਚਾਹੁੰਦਾ ਕਿ ਮੈਂ ਆਪਣੀ ਮਾਂ ਬੋਲੀ ਨੂੰ ਅੱਗੇ ਪ੍ਰਮੋਟ ਕਰਾਂ, ਅਤੇ ਬਸ ਤੁਹਾਡਾ ਹੈਲਪ ਚਾਹੀਦੀ ਹੈ ਇਹਦੇ ਵਿੱਚ ਮੈਨੂੰ। ਜਿੱਥੇ ਤੱਕ ਹੋ ਸਕੇ ਤੁਸੀਂ ਪਲੀਜ਼ ਕਮੈਂਟ ਕਰੋ ਜੇ ਤੁਹਾਨੂੰ ਲੱਗਦਾ ਕਿ ਕੀ ਕਮੀਆਂ ਹੈਗੀਆਂ ਅਤੇ ਉਹਨੂੰ ਕਮੀਆਂ ਨੂੰ ਕਿੰਨਾ ਦੂਰ ਕਰ ਸਕਦੇ ਆ। ਲਾਈਕ ਜ਼ਰੂਰ ਕਰਨਾ, ਠੀਕ ਹੈ। ਅਤੇ ਜਿੱਦਾਂ ਤੁਸੀਂ ਦੇਖਿਓ ਕਿ ਮੈਂ ਦੋ ਆਪਣੇ ਇਮੇਜਿਸ ਇੱਥੇ ਪਾ ਲਏ ਆ, ਹੁਣ ਆਪਾਂ ਇਹਨਾਂ ਇਮੇਜਿਸ ਨੂੰ ਇੱਥੇ ਥੱਲੇ ਸਲੈਟਰ ਬਾਰ 'ਤੇ ਲੈ ਕੇ ਜਾਵਾਂਗੇ। ਇੱਕ ਅਤੇ ਇਹਦੇ ਉੱਤੇ ਮੈਂ ਦੂਜਾ ਪਾ ਲੈਂਦਾ। ਹੁਣ ਤੁਸੀਂ ਦੇਖੋਗੇ ਕਿ ਆਹ ਆਪਣਾ ਜਿਹੜਾ ਡੈਮੋ ਵਰਜ਼ਨ ਹੈ, ਇੱਥੇ ਤੁਸੀਂ ਇਸ ਬਾਰ 'ਤੇ ਆਪਣੀ ਕੋਈ ਵੀ ਚੀਜ਼ ਚੱਲਦੀ ਹੈ ਉਹ ਤੁਹਾਨੂੰ ਲਾਈਵ ਦਿਖਦੀ ਹੈ। ਲੋਗੋ ਜਿਹੜਾ ਮੇਰਾ ਕਾਫ਼ੀ ਵੱਡਾ ਨੇ, ਲੋਗੋ ਨੂੰ ਮੈਂ ਛੋਟਾ ਕਰ ਲੈਂਦਾ, ਅਤੇ ਆਪਾਂ ਲੋਗੋ ਨੂੰ ਇੱਥੇ ਡਾਊਨ 'ਚ ਕਿਹਦੇ ਕਰਕੇ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ ਜੋ ਤੁਸੀਂ ਚਾਹੁੰਦੇ ਹੋ। ਤੁਹਾਡਾ ਲੋਗੋ ਵੀ ਠੀਕ ਠਾਕ ਦਿਖੇ ਅਤੇ ਜ਼ਿਆਦਾ ਸਕਰੀਨ ਦੀ ਸਪੇਸ ਵੀ ਨਾਲ ਹੈ। ਸਬਸਕ੍ਰਾਈਬ ਬਟਨ ਮੈਂ ਕਰ ਲਿਆਵਾਂ। ਹੁਣ ਤੁਸੀਂ ਦੇਖ ਰਹੇ ਹੋ ਸਬਸਕ੍ਰਾਈਬ ਪੂਰਾ ਵਾਈਟ ਕਲਰ 'ਚ ਹੈਗਾ, ਅਤੇ ਆਪਾਂ ਨੂੰ ਸਿਰਫ ਇਹ ਰੈੱਡ ਕਲਰ ਦਾ ਬਾਰਡਰ ਚਾਹੀਦਾ, ਅਤੇ ਮੈਂ ਇਹਦੇ ਲਈ ਕੀ ਕਰਾਂਗਾ, ਮੈਂ ਇਹਨੂੰ ਕਰੋਪ ਕਰਾਂਗਾ। ਇਹਨੂੰ ਕਰੋਪ ਕਰਨ ਲਈ ਤੁਹਾਡੇ ਕੋਲ ਆਪਸ਼ਨ ਹੈਗਾ, ਤੁਸੀਂ ਉੱਤੇ ਜਾ ਕੇ ਸਬਸਕ੍ਰਾਈਬ 'ਤੇ ਕਲਿੱਕ ਕਰਕੇ ਤੁਸੀਂ ਉੱਤੇ ਤੁਸੀਂ ਇੱਥੇ ਜਾਓਗੇ, ਆਏ ਕਰੋਪ ਦਾ ਆਪਸ਼ਨ ਤੁਹਾਨੂੰ ਦਿਖੂਗਾ, ਤੁਸੀਂ ਉੱਤੇ ਕਲਿੱਕ ਕਰੋਗੇ। ਜਿਹੜੀ ਚੀਜ਼ ਤੁਸੀਂ ਕਰੋਪ ਕਰਨਾ ਚਾਹੁੰਦੇ ਹੋ, ਫਿਲਹਾਲ ਬਾਏ ਡਿਫਾਲਟ ਰੇਸ਼ੋ 1:16:9 ਹੈ। ਆਪਾਂ ਇੱਥੇ ਕਸਟਮ 'ਤੇ ਕਲਿੱਕ ਕਰਨਾ ਹੈਗਾ। ਕਸਟਮ 'ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਐਰ ਨੂੰ ਡਰੈਗ ਕਰਨਾ, ਤਾਂ ਤੁਸੀਂ ਕਿੱਥੇ ਤੱਕ ਕੀ ਚੀਜ਼ ਨੂੰ ਕਰੋਪ ਕਰਨਾ ਚਾਹੁੰਦੇ ਹੋ। ਜਿੱਦਾਂ ਮੈਂ ਤੁਹਾਡੇ ਸਾਹਮਣੇ ਲਾਈਵ ਕਰੋਪ ਕਰ ਰਿਹਾ, ਜਦੋਂ ਸੈਕਸ਼ਨ ਤੁਹਾਡਾ ਕਰੋਪ ਹੋ ਜਾਏਗਾ ਤੁਸੀਂ ਉਹਨੂੰ ਬਸ ਓਕੇ ਕਲਿੱਕ ਕਰ ਦੇਣਾ ਹੈ, ਅਤੇ ਆਫਟਰ ਬੈਕ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਵਾਈਟ ਪੋਰਸ਼ਨ ਸੀ ਉਹ ਹਟ ਗਿਆ ਹੈ ਅਤੇ ਸਿਰਫ ਰੈੱਡ ਪੋਰਸ਼ਨ ਆ ਗਿਆ ਹੈ। ਉਹਨੂੰ ਮੈਂ ਇੱਥੇ ਕਿਤੇ ਰਾਈਟ ਸਾਈਡ 'ਤੇ ਛੋੜਾ ਦਿੰਦਾ। ਜਿਹੜਾ ਮੇਰਾ ਲੋਗੋ ਦੋਸਤੋ ਮੈਂ ਬਣਾਇਆ ਵਿੱਚ ਟ੍ਰਾਂਸਪੇਰੈਂਟ ਲੋਗੋ ਹੈ, ਅਤੇ ਇਹਦੇ ਵਿੱਚ ਜੋ ਵੀ ਤੁਹਾਡਾ ਬੈਕਗਰਾਊਂਡ ਹੈਗਾ ਉਹ ਉੱਦਾਂ ਹੀ ਰਹੂਗਾ। ਤੁਸੀਂ ਕੁਝ ਲਿਖਣਾ ਚਾਹੁੰਦੇ ਹੋ, ਕੋਈ ਫੋਟੋ ਹੈ ਪਿੱਛੇ ਪਾਉਣਾ ਚਾਹੁੰਦੇ, ਤੁਸੀਂ ਉਹ ਵੀ ਕਰ ਸਕਦੇ ਹੋ। ਮੈਂ ਇਸ ਫਿਲਹਾਲ ਬਿਲਕੁਲ ਸਿੰਪਲ ਰੱਖਣਾ ਚਾਹੁੰਦਾ, ਥੋੜ੍ਹਾ ਜਿਹਾ ਸਬਸਕ੍ਰਾਈਬ ਨੂੰ ਵੱਡਾ ਕਰਦੀ ਹੈ। ਅਤੇ ਤੁਸੀਂ ਜੋ ਚੀਜ਼ ਲਿਖਣੀ ਹੈ ਉਹ ਇੱਥੇ ਤੁਸੀਂ ਟਾਈਟਲ 'ਚ ਜਾਓਗੇ, ਟਾਈਟਲ 'ਚ ਜਾਣ ਤੋਂ ਬਾਅਦ ਤੁਹਾਡੇ ਕੋਲ ਕਾਫ਼ੀ ਚੀਜ਼ਾਂ ਆ ਜਾਣਗੀਆਂ ਇੱਥੇ। ਤੁਸੀਂ ਜੋ ਵੀ ਚੀਜ਼ ਜੋ ਵੀ ਫੋਂਟ ਸਿਲੈਕਟ ਕਰ ਸਕਣਾ ਚਾਹੁੰਦੇ ਹੋ, ਮੇਰਾ ਜਿੱਦਾਂ ਮੈਂ ਆਹ ਵੱਡਾ ਟਾਈਟਲ ਲਿਖਣਾ ਚਾਹੁੰਦਾ, ਟਾਈਟਲਸ ਆ ਗਿਆ ਹੈ, ਤੁਸੀਂ ਇੱਥੇ ਦੇਖ ਰਹੇ ਹੋ ਟਾਈਟਲਸ ਆ ਗਿਆ ਹੈ।
मैनुअली एडजस्ट कर सकता हूँ, तुम लिखना चाहते हो जितना मैं लिखना चाहता हूँ इम्प्रूव करो, तुम लिखना चाहते हो जितना मैं लिखना चाहता हूँ इम्प्रूव करो, तुम लिखना चाहते हो जितना मैं लिखना चाहता हूँ इम्प्रूव करो, तुम लिखना चाहते हो जितना मैं लिखना चाहता हूँ इम्प्रूव करो, स्किल आओ स्क्रीन स्क्रीन और आप फॉन्ट की देख रहे हो बहुत बड़ा हो गया है, आप इन्होंने छोटा भी कर सकते हैं, आई थिंक 50 के नेड़े पड़ेगा, काफी सही बनता है। थोड़ा और बता रहे हैं आपको, ये सही है। जिदा मैं तुम दसिया जो भी वीडियो बनावे सब पंजाबी भाषा में बनावे तो पंजाबी थोड़ा जहा छोटा कर लेने हम तुम कि अट्रैक्टिव बनाना है ताड़े ते डिपेंड कर पर्टिकुलर आ जी वो चीज़ है पर्टिकुलर आ जी वो चीज़ है मैं इन्हों कलर देना चाहता इफेक्ट देना चाहता इतने तेरे को स्टाइल्स है तुम कोई भी स्टाइल सिलेक्ट कर सकते तो मैं कितना तू देखो मेरे कोई येलो हो गया है तुम कोई शेडो पाना चाहते पीछे तो तुम इतना कर सकते हो तो कंप्लीटली हो जाएगा। फॉन्ट तुम कोई चेंज करना है तुम तो फॉन्ट चेंज कर सकते हो जितना तुम ठीक लगता है बाय डिफॉल्ट रोबोट बोल्ड अपने लिए सब तो बढ़िया फॉन्ट है ठीक है ओके करोगे तुसी जे तुहानू लगता है कि ताड़ी सैटिंग बिल्कुल सही हो गई है ओके है ताड़े लिए ते तुसी फिर इत्थे जे तुसी जाओगे आ मेन चीज़ है इधर तुसी देखोगे राइट साइड ते इत्थे कैमरे दा ऑप्शन है जिहनू आपां बोलदे स्नैपशॉट आपां या तो कंट्रोल ऑल्टर एस भी नाप सकते हैं या तुसी इत्थे बस लैफ्ट क्लिक करोगे लैफ्ट क्लिक करन तो बाद तुसी देखोगे इत्थे ताड़ा एक ऑटोमेटिक स्नैप आ गई है ये ताड़ी स्नैप बाय डिफॉल्ट 1080 पिक्सल 'च सेव हो गई है हम तो सिर्फ स्नैप कितने ताड़ी पड़ी है उधर सिलेक्ट करने के लिए राइट क्लिक करोगे उन्हें क्लिक करके राइट क्लिक करोगे तो इन्हें बोल खोलोगे रिवील इन एक्सप्लोरर बिच जब तुम रिवील इन एक्सप्लोरर जो खोलोगे तो तुम पता लग जाएगा कि ताड़ी स्नैप कितने सही हुई है जिदा तुम देख रहे हो मैं पहले भी एक ग्रीन स्क्रीन पर आगे रखी हुई है थंबनेल दी तो आ एक दूजा थंबनेल तुम्हारे सामने मैं बनाया तुम इन कोई रिनेम कर सकते हो अपना ना दे सकते हो ताकि तुम भूलो ना ओके तुसी इन्हों चक के तुसी इन्हों डेस्कटॉप पे कॉपी कर लो जब से इन्हों कर लोगे राइट क्लिक करके तुसी इन्हों ओपन कर लोगे ਤੁਹਾਡੇ ਸਾਹਮਣੇ ਇੱਕ ਥੰਬਨੇਲ ਆ ਗਿਆ ਜਿਹੜਾ ਤੁਸੀਂ ਡਾਇਰੈਕਟ ਯੂਟਿਊਬ 'ਤੇ ਹੁਣ ਆਪਣੀ ਕੋਈ ਵੀ ਵੀਡੀਓ ਬਣਾਈ ਤਾਂ ਤੁਸੀਂ ਅਪਲੋਡ ਕਰ ਸਕਦੇ ਹੋ। ਥੰਬਨੇਲ ਦਾ ਬੈਨੀਫਿਟ ਇਹ ਹੁੰਦਾ ਹੈ ਕਿ ਬਹੁਤ ਅਟਰੈਕਟਿਵ ਲੱਗਦਾ ਹੈ ਅਤੇ ਮੇਰੇ ਹਿਸਾਬ ਨਾਲ ਜਦੋਂ ਵੀ ਤੁਸੀਂ ਕੋਈ ਯੂਟਿਊਬ 'ਤੇ ਚਾਹੁੰਦੇ ਕਿ ਕੋਈ ਬੰਦਾ ਤੁਹਾਡਾ ਯੂਟਿਊਬ 'ਤੇ ਕਲਿੱਕ ਕਰੇ ਅਤੇ ਮੇਰੇ ਹਿਸਾਬ ਨਾਲ ਥੰਬਨੇਲ ਬਹੁਤ ਵਧੀਆ ਇੰਪਰੈਸ਼ਨ ਦਿੰਦਾ ਹੈ ਅਤੇ ਇਸ ਥੰਬਨੇਲ ਨੂੰ ਤੁਸੀਂ ਕਦੀ ਵੀ ਘੱਟ ਲੈ ਕੇ ਨਾ ਚੱਲੇ ਹੋ ਵੀਡੀਓ 'ਤੇ ਤੁਸੀਂ ਜਿੰਨਾ ਟਾਈਮ ਇਨਵੈਸਟ ਕੀਤਾ ਹੈ ਮੈਂ ਹਿਸਾਬ ਨਾਲ ਤੁਸੀਂ ਥੰਬਨੇਲ 'ਤੇ ਵੀ ਥੋੜ੍ਹਾ ਜਿਹਾ ਟਾਈਮ ਇਨਵੈਸਟ ਕਰੋ ਕਿਉਂਕਿ ਜਿਹੜੀ ਚੀਜ਼ ਅਟਰੈਕਟਿਵ ਲੱਗੇਗੀ ਲੋਕ ਉਹਨਾਂ ਨੂੰ ਹੀ ਕਲਿੱਕ ਕਰਦੇ ਆ ਅਤੇ ਮੈਂ ਇਸ ਤੋਂ ਬਾਅਦ ਮੈਂ ਵੀਡੀਓ ਖਤਮ ਕਰਨਾ ਚਾਹਾਂਗਾ ਅਤੇ ਬਸ ਇਹੀ ਕਿਰਪਾ ਅਤੇ ਆਸ਼ਾ ਕਰਦਾ ਕਿ ਤੁਸੀਂ ਪਲੀਜ਼ ਮੇਰੇ ਚੈਨਲ ਲਾਈਕ ਕਰੋਗੇ ਕਮੈਂਟ ਕਰੋਗੇ ਅਤੇ ਸਬਸਕ੍ਰਾਈਬ ਤਾਂ ਜ਼ਰੂਰ ਕਰਿਓ ਥੈਂਕ ਯੂ।